ਬੰਡਲੀਆਂ ਤੁਸੀਂ ਮੈਸ਼ਾਂ ਗਾਈਆਂ ਬੰਡਲੀਆਂ ਟਿਊਬਵੈਲ ਬੰਡਲੇ ਬਾਬੇ ਵੀ ਵਿਚਾਰੇ ਉਹ ਵਿੱਚ ਖੜੀ ਸੀ ਇਹ ਫਲਾਣਿਆਂ ਦੇ ਬਾਬੇ ਇਹ ਫਲਾਣਿਆਂ ਬਾਬੇ ਚੰਡੀਗੜ੍ਹ ਮੈਨੂੰ ਲੈ ਕੇ ਮਹਾਰਾਜ ਉੱਤੇ ਸੰਤ ਸਮਾਗਮ ਵਿੱਚ ਹੁਣ ਤਾਂ ਮੈਂ ਜਾਂਦਾ ਨਹੀਂ ਹੁਣ ਤਾਂ ਬਿਲਕੁਲ ਨਹੀਂ ਜਾਈਦਾ ਬੜਾ ਇਕੱਠ ਚੰਡੀਗੜ੍ਹ ਵੈਲ ਐਜੂਕੇਟਡ ਸਿਟੀ ਹੈ ਦੇਖੋ ਬੜੇ ਬਾਬੇ ਇਕੱਠੇ ਕੀਤੇ ਹੋਏ ਉਹਨਾਂ ਨੇ ਵੀ ਇੱਕ ਆਇਆ ਦੋ ਆਏ ਆਪਣਾ ਆਪਣਾ ਟਾਈਮ ਉਹ ਸੈਕਟਰੀ ਤਿੰਨ ਚਾਰ ਬੀਬੀਆਂ ਆਈਆਂ ਸਿਆਲ ਦੀ ਮੌਸਮ ਸੀ ਕੰਬਲ ਦੇ ਆਈਆਂ ਨਾਲ ਬੈਠੀਆਂ ਵੀ ਮੂਹਰੇ ਤੇ ਆਉਣੀ ਹੀ ਪੈ ਗਈਆਂ ਕੀ ਉਹ ਸੈਕਟਰੀ ਕਵੇ ਬੀਬੀ ਉੱਠੋ ਬਾਬਾ ਜੀ ਆਏ ਆ ਕੀਰਤਨ ਸੁਣੋ ਪਈਆਂ ਦੋ ਕੁ ਵਾਰ ਉਹਨੇ ਕਿਹਾ ਜੇ ਨਾ ਉੱਠੀਆਂ ਨਾ ਉਹ ਸੈਕਟਰੀ ਕਹਿੰਦਾ ਬੀਬੀ ਉਹ ਫਿਰ ਜੇ ਸੌਣੇ ਤਾਂ ਘਰ ਨੂੰ ਜਾਓ ਨਹੀਂ ਉਹ ਬੀਬੀਆਂ ਵੀ ਪੜ੍ਹੀਆਂ ਲਿਖੀਆਂ ਕਹਿੰਦੀਆਂ ਵੀਰਾ ਤੇਰੇ ਟਾਈਮ ਦੇਣ ਦੀ ਜ਼ਿੰਮੇਵਾਰੀ ਹੈ ਕਿ ਸੁੱਤਿਆਂ ਨੂੰ ਉਠਾਉਣ ਦੀ ਜ਼ਿੰਮੇਵਾਰੀ ਹੈ ਅੱਜ ਕੇ ਖੁਸ਼ ਦੱਸੋ ਕੀ ਜਵਾਬ ਦਿੱਤਾ ਮੈਂ ਫਸ ਗਿਆ ਸੀ ਮਾਰਚ 1991 'ਚ ਜਦੋਂ ਅੰਮ੍ਰਿਤ ਪ੍ਰਚਾਰ ਹੋਇਆ ਹੁਣੇ ਉਦੋਂ ਦੇ ਉੱਧਰੋਂ ਸੰਗਤ ਕਾਫੀ ਆਉਂਦੀ ਹੈ 650 ਬੰਦੇ ਨੇ ਅੰਮ੍ਰਿਤ ਛਕਿਆ ਸੀ ਇੱਕ ਦਿਨ ਨੌਰਥ ਅਮਰੀਕਾ ਦਾ ਸਭ ਤੋਂ ਵੱਡਾ ਅੰਮ੍ਰਿਤ ਪ੍ਰਚਾਰ ਮੈਂ ਉੱਥੇ ਬੀਬੀਆਂ ਨੂੰ ਕਹਿ ਬੈਠਿਆ ਮੈਂ ਕਿਹਾ ਬੀਬੀ ਉਹ ਪਤੀ ਦਾ ਨਾਂ ਨਾ ਲਿਆ ਕਰੋ ਦੇਖਿਆ ਕਿਵੇਂ ਨਾਂ ਲੈਂਦੀ ਹੈ ਸਾਡੀਆਂ ਧੀਆਂ ਭੈਣਾਂ ਗੁੱਸਾ ਨਾ ਕਰਿਓ ਕੁੜੀਓ ਘਰ ਵਾਲੀ ਨੂੰ ਕਹਿਣਗੇ ਉਹ ਸੁਰਿੰਦਰ ਤੇਲ ਪਵਾ ਕੇ ਲਿਆ ਉਹ ਗੁਰਚਰਨ ਗੋਭੀ ਲਿਆਇਆ ਕਿ ਨਹੀਂ ਜਿਵੇਂ ਕੋਈ ਭਈਆ ਰੱਖਿਆ ਪਤਾ ਨੀ ਕਾਹਦਾ ਪਿਆਰ ਇਹਨਾਂ ਦਾ ਤੁਸੀਂ ਆਪਣੀ ਸੰਗਤਾਂ ਨੂੰ ਯਾਦ ਰੱਖੋ ਜੀ ਕਹੋ ਪਤੀ ਹੈ ਕਹਿੰਦੇ ਜੀ ਨਾਂ ਕਿਉਂ ਨੀ ਲੈਣਾ ਮੈਨੂੰ ਇੱਕ ਕੁੜੀ ਉੱਠ ਕੇ ਕਹਿੰਦੀ ਮੈਂ ਕਿਹਾ ਬੀਬੀ ਪਤੀ ਪਰਮਾਤਮਾ ਹੁੰਦਾ ਗਾਂ ਦੇ ਗਵਾਹ ਪਤਾ ਮੈਨੂੰ ਕੀ ਦਿੱਤਾ ਕਹਿੰਦੀ ਬਾਬਾ ਜੀ ਫੇਰ ਕਿਉਂ ਉਠਾਉਂਦੇ ਨਾਂ ਲੈਣ ਤੇ ਪਰਮਾਤਮਾ ਦਾ ਨਾਂ ਤਾਂ ਵਾਰ ਵਾਰ ਲੈਣਾ ਚਾਹੀਦਾ ਦੇ ਲਓ ਇਹਨਾਂ ਨੂੰ ਸਿੱਖਿਆ ਅਸੀਂ ਤਾਂ ਪਿੱਛੇ ਰਹਿ ਗਏ ਜਮਾਤਾਂ ਦੇਰ ਹੋ ਗਈ ਪੜ੍ਹੀ ਨੂੰ ਮੈਂ ਕਹਿੰਦੀ ਜੇ ਪਤੀ ਪਰਮਾਤਮਾ ਜਪਣ ਦੋ ਉਹਦਾ ਨਾਮ ਦੇਖੋ ਕੀ ਉਹੀ ਗੱਲ ਉੱਥੇ ਗੁਰਸਿੱਖ ਪਿਆਰਿਓ ਮੇਰੇ ਨਾਲ ਆਪਣੀ ਰੀਤੀ ਗੱਲ ਹੈ ਗੁਰਸਿੱਖ ਪਿਆਰੇ ਨਹੀਂ ਸਤਿਕਾਰ ਵੀ ਵੇ ਆਪਣੀ ਸਭਤਾ ਨੂੰ ਯਾਦ ਆਪਣਾ ਵਿਰਸਾ ਨਾ ਭੁੱਲੋ ਪਿਆਰ ਹੋਰ ਚੀਜ਼ ਹੁੰਦਾ ਸਤਿਕਾਰ ਹੋਰ ਚੀਜ਼ ਉਹ ਪਿਆਰ ਪਿਆਰ ਨਹੀਂ ਰਹੂਗਾ ਜਿਹਦੇ ਵਿੱਚ ਸਤਿਕਾਰ ਨਹੀਂ ਹੈ ਉਹ ਸਤਿਕਾਰ ਸਤਿਕਾਰ ਨਹੀਂ ਰਹੂਗਾ ਜਿਹਦੇ ਵਿੱਚ ਵਿਚਾਰ ਨਹੀਂ ਉਹ ਸਤਿਕਾਰ ਵੀ ਗਿਆ ਹੈ ਜਿਹਦੇ ਵਿੱਚ ਵਿਚਾਰ ਨਹੀਂ ਤਾਂ ਗੁਰਸਿੱਖ ਪਿਆਰੇ ਉਹ ਗੱਲ ਚੱਲ ਰਹੀ ਸੀ ਤੁਹਾਡੇ ਨਾਲ ਪੁੱਤਰ ਕਨਤਰ ਨਾ ਸੰਗ ਧਨਾ ਹਰ ਅਵਨਾਸ਼ੀ ਉਹ ਬੜਾ ਕੀਮਤੀ ਸ਼ਬਦ ਹੈ ਜਿਹਨੂੰ ਤੁਸੀਂ ਫਰੋਲੋ ਉਹ ਇਹ ਹੁੰਦਾ ਜੋ ਸਾਡੇ ਕੋਲ ਹੈ ਉਹ ਹੈ ਧਨ ਦੌਲਤ ਪੁੱਤਰ ਕਨਤਰ ਜਿਹਨਾਂ ਨੂੰ ਸੰਗੀ ਮੰਨ ਚੁੱਕੇ ਹੈ ਉਹ ਵਾਹਿਗੁਰੂ ਨੂੰ ਉਹ ਪਰੇ ਮੰਨੇ ਹੈ ਨਹੀਂ ਸਿੱਖੀ ਦਾ ਤਲ ਨਹੀਂ ਸਿੱਖ ਸਵਾ ਸਵਸ ਪਰ ਔਖਾ ਹੈ ਯਾਦ ਆਵੇ ਇੱਕ ਤਰੀਕਾ ਜੇ ਤੁਹਾਡੇ ਫਿੱਟ ਆ ਜਾਵੇ ਤਾਂ ਵਰਤ ਲਿਓ ਮਹਾਂਪੁਰਸ਼ਾਂ ਦਾ ਨੁਕਤਾ ਦੱਸਿਆ ਹੋਇਆ ਕਿ ਮੇਰੇ ਵਾਹਿਗੁਰੂ ਸਦਾ ਯਾਦ ਰਵੇ ਕੀ ਤਰੀਕਾ ਹੈ ਉਹਦਾ ਨੁਕਤਾ ਹੀ ਹੈ ਕਿਉਂਕਿ ਮਹਾਂਪੁਰਸ਼ਾਂ ਦੀ ਸੰਗਤ ਇੱਕ ਗੱਲ ਪੱਕੀ ਨਿਸ਼ਚਾ ਕਰ ਲੈ ਜੇ ਰੱਬ ਨੂੰ ਯਾਦ ਰੱਖਣਾ ਉਹ ਕਿਹੜਾ ਕਿ ਮੈਂ ਵੀ ਉਹਨਾਂ ਚਿਰ ਜਿੰਨਾ ਚਿਰ ਉਹ ਮੇਰੇ ਨਾਲ ਜਿੱਦਣ ਤੈਨੂੰ ਪਤਾ ਲੱਗ ਜਾਵੇ ਮੈਂ ਤਾਂ ਇਹ ਜੇ ਉਹ ਹੈਗਾ ਜਿੱਦਣ ਉਹ ਨਾ ਹੋਇਆ ਤੇ ਮੈਂ ਵੀ ਨਹੀਂ ਤਾਂ ਹੀ ਗੁਰੂ ਨਾਨਕ ਨੇ ਕਹਿਤਾ ਜਿਹਨਾਂ ਨੂੰ ਭੁੱਲ ਗਏ ਉਹ ਮਰ ਗਏ ਆਖਾਂ ਜੀਵਾਂ ਇਹ ਨੁਕਤਾ ਜੇ ਪੱਕਾ ਹੋ ਜਾਵੇ ਮੈਂ ਉਹਨਾਂ ਚਿਰ ਜਿੰਨਾ ਚਿਰ ਉਹ ਹੈਗਾ ਤੇ ਆਪਣੇ ਨਾਲੇ ਬੀਤਦੀ ਹੈ ਕਾਰਾਂ ਵੀ ਖੜੀਆਂ ਹੁੰਦੀਆਂ ਹਵੇਲੀ ਵੀ ਹੁੰਦੀ ਹੈ ਜ਼ਮੀਨ ਦਾ ਇੰਤਕਾਲ ਵੀ ਚੜਿਆ ਹੁੰਦਾ ਹੈ ਫੜੀ ਦੀ ਕਾਪੀ ਵੀ ਪਈ ਹੁੰਦੀ ਹੈ ਸਿਰਹਾਣੇ ਹਰੇਕ ਕਹਿੰਦਾ ਇਹਨੂੰ ਛੇਤੀ ਲੈ ਚੱਲੋ ਖੁਸ਼ ਸਭ ਕੁਝ ਹੈਗਾ ਪਰ ਉਹ ਨਹੀਂ ਰਿਹਾ ਹਰ ਅਵਨਾਸ਼ੀ ਉਹ ਜਿਹਨੂੰ ਤੂੰ ਆਪ ਤੋਂ ਪਰੇ ਸਮਝ
ਇਹ ਸੰਗੀਆਂ ਸਾਥੀਆਂ ਪੁੱਤਰ ਧੀਆਂ ਨੂੰ ਆਪਣੇ ਇਹ ਮੇਰੇ ਹੈਗੇ ਮੈਂ ਹੈਗਾ ਇਹ ਕਿਉਂ ਨਹੀਂ ਸਾਥ ਦਿੰਦੇ ਗੁਰਸਿੱਖ ਪਿਆਰੇ ਇਹਨਾਂ ਦੀ ਵੀ ਵੱਸ ਦੀ ਗੱਲ ਨਹੀਂ ਇਹ ਵਿਚਾਰੇ ਖੁਦ ਬਿਨਸਨ ਹਾਰੇ ਸਾਥ ਤਾਂ ਉਹ ਹੀ ਦੇ ਸਕਦਾ ਜੋ ਬਿਨਸਨ ਤੋਂ ਪਰੇ ਹੋਵੇ ਅਵਿਨਾਸ਼ੀ ਉਹ ਕੱਲਾ ਉਹ ਹੈ ਇਹਨੂੰ ਹੁਣ ਇੱਕ ਟੁੱਕ ਹੋਰ ਸੁਣ ਲਓ ਆਪਾਂ ਮੰਨਦੇ ਵੀ ਹੈਗੇ ਰੱਬ ਮੇਰੇ ਵਾਹਿਗੁਰੂ ਮੇਰੇ ਬਹੁਤ ਵਾਰ ਕਹਿੰਦੇ ਉਹੀ ਮੇਰੇ ਕਹਿੰਦੇ ਦੇਖੋ ਕਹਿਣ ਵਿੱਚ ਪੰਚਮ ਪਾਤਸ਼ਾਹ ਹੁਣ ਫਰਕ ਦੱਸਦੇ ਨੇ ਸੁਖਮਨੀ ਸਾਹਿਬ ਕਹਿਣ ਵਿੱਚ ਸਾਡੇ ਫਰਕ ਇਹ ਜਿੰਨਾ ਮੇਰਾ ਆਪਣੇ ਪੁੱਤ ਨੂੰ ਕਹਿੰਦੇ ਨਾ ਉੱਥੇ ਸੱਚਾਈ ਵਰਤਦੇ ਨਾ ਇਹ ਮੇਰਾ ਪੁੱਤ ਹੈ ਇਹ ਮੇਰੀ ਜ਼ਮੀਨ ਹੈ ਇਹ ਮੇਰੀ ਕੋਠੀ ਹੈ ਕੋਈ ਕਹਿ ਕੇ ਤਾਂ ਦਿਖਾਵੇ ਕਿਸੇ ਹੋਰ ਦੀ ਕੋਠੀ ਹੈ ਸੱਚ ਹੈ ਕਿ ਕੋਠੀ ਮੇਰੀ ਹੈ ਸੱਚ ਹੈ ਧੀਆਂ ਪੁੱਤਰ ਮੇਰੇ ਨੇ ਇਹ ਬਿਲਕੁਲ 100% ਸੱਚ ਹੈ ਜ਼ਮੀਨ ਮੇਰੀ ਹੈ ਇਹ ਸਰੀਰ ਮੇਰਾ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੂੰ ਰੱਬ ਨੂੰ ਮੇਰਾ ਤਾਂ ਕਹਿੰਦੇ ਸੱਚ ਕਰਕੇ ਨਹੀਂ ਮੰਨਿਆ ਜਿਵੇਂ ਪੁੱਤਰ ਧੀਆਂ ਨੂੰ ਸੱਚ ਮੰਨਿਆ ਕਿ ਮੇਰੇ ਨੇ ਪਰਮਾਤਮਾ ਨੂੰ ਵੀ ਉਹਨੂੰ ਕਿਹਾ ਹੀ ਹੈ ਮੇਰਾ ਉਹਨਾਂ ਭਰੋਸਾ ਉੱਤੇ ਬਣੀ ਜ਼ਮੀਨ ਮੇਰੀ ਹੈ ਕੋਈ ਪੈਰ ਧਰ ਕੇ ਤਾਂ ਦਿਖਾਓ ਹਮਰੀ ਭੂਮ ਕੌਣ ਘਰ ਲੈ ਲੰਘ ਕੇ ਤਾਂ ਦਿਖਾਵਟ ਨੂੰ ਮੇਰੀ ਹੈ ਕਚਹਿਰੀ ਵਿੱਚ ਕਹੂੰਗਾ ਮੈਂ ਸੱਚ ਕਹਿਣਾ ਜ਼ਮੀਨ ਮੇਰੀ ਇਹ ਦੌਲਤ ਮੇਰੀ ਜਿੰਨੀਆਂ ਇਹਨਾਂ ਚੀਜ਼ਾਂ ਤੇ ਸੱਚ ਮੰਨੇ ਹਨ ਮਲਕੀਤ ਪਰਮਾਤਮਾ ਨੂੰ ਇਹਨਾਂ ਸੱਚ ਕਰਕੇ ਆਪਣਾ ਨਹੀਂ ਬਣਾਇਆ ਬਣਾਇਆ ਹੈ ਇੰਨਾ ਭਰੋਸਾ ਨਹੀਂ ਕਰਦਾ ਫਿਰ ਹੁਣ ਪੰਚਮ ਪਾਤਸ਼ਾਹ ਕੀ ਕਹਿੰਦੇ ਜਿਵੇਂ ਤੂੰ ਇਸ ਦੁਨਿਆਵੀ ਚੀਜ਼ਾਂ ਉੱਤੇ ਸੱਚ ਜ਼ਾਹਰ ਕਰਦਾ ਮੇਰੇ ਮੈਂ ਸੱਚ ਬੋਲਦਾ ਮੇਰੇ ਜੇ ਕਿਤੇ ਇੰਨਾ ਸੱਚ ਤੂੰ ਵਾਹਿਗੁਰੂ ਨੂੰ ਮੰਨ ਲਵੇ ਨਾ ਮੇਰੇ ਦੇਖੋ ਕੀ ਮਿਲੂਗਾ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਉਹਦੇ ਵਿੱਚ ਇਹ ਸਮਾਜੇਗਾ ਜਿਨ੍ਹਾਂ ਨੂੰ ਸੰਗੀ ਬਣਾਏ ਕਿਹਦੇ ਵਿੱਚ ਸਮਾਵਾਂਗੇ ਆਪਾਂ ਕੌਣ ਆਪਣੇ ਵਿੱਚ ਸਮਾਊਗਾ ਗੁਰਸਿੱਖ ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਿਨਾਸ਼ੀ ਉਹ ਤੈ ਦੂਰ ਮੰਨਿਆ ਬਹੁਤ ਦੂਰ ਤੇ ਜਿਹੜੇ ਬਾਣੀ ਪੜ੍ਹਦੇ ਵੀ ਉਹ ਵੀ ਤਿੰਨ ਤਰੀਕਿਆਂ ਨਾਲ ਪੜ੍ਹਦੇ ਨੇ ਗਾਵੇ ਦੀ ਪੌੜੀ ਪੜ੍ਹਦੇ ਪੜ੍ਹ